ਦੇਖੋ ਕਾਫੀ ਮਸਲੇ ਤਾਂ ਦੂਜੇ ਸਾਥੀਆਂ ਨੇ ਰੱਖਤੇ, ਇੱਕ ਦੋ ਮਸਲੇ ਜਿਹੜੇ ਛੂਹਣ ਵਾਲੇ ਆ ਉਹ ਮੈਂ ਗੱਲ ਕਰੂੰਗਾ। ਇੱਕ ਤਾਂ ਇਹ ਸਾਰਾ ਜਿਹੜਾ ਕਿਵੇਂ ਸਿਸਟਮ ਚਲਾਉਣਾ, ਤੁਹਾਡਾ ਸਵਾਲ ਵੀ ਆਇਆ ਸੀ ਵੀ ਇਹ 'ਚ ਪ੍ਰਦੂਸ਼ਣ ਵਾਲਾ ਮਸਲਾ ਰੱਖਿਆ ਜਾਂ ਨਹੀਂ ਰੱਖਿਆ, ਉਹ ਗੰਦਾ ਪਾਣੀ ਜਿਹੜਾ ਸਤਲੁਜ ਦੇ ਵਿੱਚ ਪੈਂਦਾ, ਇਹਨਾਂ ਸਾਰੇ ਮਸਲਿਆਂ ਨੂੰ ਅਸਲ ਕਲਮਬੰਦ ਕਰਨ ਵਾਸਤੇ ਅਸੀਂ ਇੱਕ 9 ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਉਹ ਡਰਾਫਟ ਤਿਆਰ ਕਰੂਗੀ। ਸਾਡੀਆਂ ਸਾਰੀਆਂ ਮੰਗਾਂ ਕੀ ਨੇ ਆਮ ਲੋਕਾਂ ਤੱਕ ਉਹ ਜਾਣਗੀਆਂ, ਉਹ 9 ਮੈਂਬਰੀ ਕਮੇਟੀ ਅੱਜ ਅਸੀਂ ਇੱਥੇ ਤਿਆਰ ਕਰ ਲਈ, ਉਹ ਡਰਾਫਟ ਬਣਾਉ। ਨੰਬਰ 2 'ਤੇ ਪਾਣੀ ਨਾਲ ਡੂੰਘਾ ਕਰਨ ਵਾਸਤੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ, ਜਦੋਂ ਕਿ ਪਾਣੀ ਡੂੰਘਾ ਕਰਨ ਦੇ ਜ਼ਿੰਮੇਵਾਰ ਹੋਰ ਬਹੁਤ ਸਾਰੇ ਲੋਕ ਹੈ, ਜਿਵੇਂ ਕੋਈ ਵੀ ਫੈਕਟਰੀ ਹੈ ਉਹਦੇ ਵਿੱਚ ਘੱਟੋ ਘੱਟ ਮੈਨੂੰ ਲੱਗਦਾ ਵੀ ਬਹੁਤ ਵੱਡਾ ਬੋਰ ਉਹਦੇ ਵਿੱਚ ਹੋਇਆ ਹੋਇਆ, ਚਾਹੇ ਕੱਪੜੇ ਬਣਾਉਣ ਵਾਲੀ ਫੈਕਟਰੀ ਹੈ, ਚਾਹੇ ਮਤਲਬ ਅਨੇਕਾਂ ਕਿਸਮ ਦੀਆਂ, ਇੱਥੋਂ ਤੱਕ ਕਿ ਜਿਹੜੀ ਪੈਪਸੀ ਜਾਂ ਕੋਕਾ ਕੋਲਾ ਜਿਹੜਾ ਉਹ ਸਾਡਾ ਪੰਜਾਬ ਦਾ ਪਾਣੀ ਕੱਢ ਕੇ ਵਿਦੇਸ਼ਾਂ 'ਚ ਜਾ ਕੇ ਵੀ ਮੁਨਾਫੇ ਕਮਾਉਂਦੇ ਆ, ਉਹਨਾਂ ਦਾ ਪਾਣੀ ਕੋਈ ਖੇਤੀ ਨਾਲੋਂ ਘੱਟ ਨਹੀਂ ਹੈ, ਪਰ ਉਹ ਗਿਣਤੀ 'ਚ ਨਹੀਂ ਹੈ। ਅਸੀਂ ਕਹਿੰਦੇ ਉਹ ਵੀ ਗਿਣਤੀ 'ਚ ਲਿਆਵਾਂਗੇ ਅਤੇ ਅਸੀਂ ਇੱਧਰ ਨੂੰ ਤੁਰੇ ਹਾਂ ਵੀ ਕਿਸੇ ਦਿਨ ਨੂੰ ਅਸੀਂ ਇਹ ਜਿਹੜਾ ਪੰਜਾਬ ਦਾ ਪਾਣੀ ਉਹਨਾਂ ਬੋਤਲਾਂ 'ਚ ਰੰਗ ਪਾ ਕੇ ਬਾਹਰ ਨੂੰ ਭੇਜਦੇ, ਉਹ ਨਹੀਂ ਜਾਣ ਦੇਵਾਂਗੇ। ਸਾਡਾ ਮੋਰਚੇ ਦੀ ਸ਼ੁਰੂਆਤ ਆ ਜੇ ਮੁੜ ਕੇ ਇੱਧਰ ਨੂੰ, ਜਾਂ ਜਿਹੜੀਆਂ ਵਪਾਰਕ ਕੰਪਨੀਆਂ ਅੰਨੇ ਮੁਨਾਫੇ ਕਮਾਉਣ ਖਾਤਰ ਇੱਥੋਂ ਪਾਣੀ ਨੂੰ ਸਾਫ਼ ਕਰਕੇ ਕਹਿੰਦੇ ਵੀ ਅਸੀਂ ਵੇਚਦੇ ਹਾਂ, ਉਹ ਵੀ ਮਤਲਬ ਜਦੋਂ ਦੂਜੀ ਧਰਤੀ 'ਤੇ ਜਾ ਕੇ ਵਿਕਦਾ ਹੈ ਉਹ ਕੋਈ ਥੋੜ੍ਹਾ ਨਹੀਂ ਹੈ, ਉਹ ਖੇਤਾਂ ਦੇ ਪਾਣੀ ਨਾਲੋਂ ਬਰਾਬਰ ਹੀ ਹੈ। ਹੋਰ ਕਈ ਕਿਸਮ ਦੇ ਨੇ ਜਾਣੀ ਜੀ। ਜਿਹੜਾ ਦੂਜਾ ਸਾਰਿਆਂ ਨੂੰ ਵੱਡਾ ਮਸਲਾ ਹੈਗਾ ਪ੍ਰਦੂਸ਼ਣ ਦਾ, ਪ੍ਰਦੂਸ਼ਣ ਅੱਜ ਦੁਨੀਆ ਭਰ 'ਚ ਹੈ, ਜਿਹਦੇ ਵਿੱਚ ਜਿਵੇਂ ਚੱਲ ਸ਼ਹਿਰੀਕਰਨ ਬਣਿਆ, ਸ਼ਹਿਰੀਕਰਨ ਦੇ ਵਿੱਚ ਇੱਕ ਗੱਲ ਹੋਰ ਰਹਿ ਗਈ ਵੀ ਜਿੱਥੇ ਸ਼ਹਿਰ ਉਸਰੇ ਆ ਉਹ ਜ਼ਮੀਨ 'ਤੇ ਉਸਰੇ ਆ, ਉੱਥੇ ਨਹਿਰੀ ਪਾਣੀ ਪੈਂਦਾ ਸੀ, ਪਰ ਉਸ ਨਹਿਰੀ ਪਾਣੀ ਨੂੰ ਤਾਂ ਸਰਕਾਰਾਂ ਨੇ ਕੱਟ ਲਿਆ, ਸਾਡੇ ਕਿਸਾਨਾਂ ਦੇ ਖਾਤੇ ਦਾ ਵਿੱਚ ਉਹ ਪਾਣੀ ਤਾਂ ਕੱਟਤਾ, ਪਰ ਉਹ ਪਾਣੀ ਧਰਤੀ ਦੇ ਦੂਜਾ ਪਾਸਾ ਹੈ। ਜਿਵੇਂ ਉਦਾਹਰਣ ਦੇ ਤੌਰ 'ਤੇ ਮੈਂ ਕਈ ਵਾਰੀ ਉਦਾਹਰਣ ਦਿੱਤੀ ਹੈ ਵੀ ਸਾਡੇ ਮਤਲਬ ਆਮ ਲੋਕਾਂ ਦੀ ਗੱਲ ਕਰਦਾ ਮੈਂ, ਦਾਦੇ ਦੀ ਜ਼ਮੀਨ ਰਾਹੀਂ ਸਾਡੇ ਦਾਦੇ ਦੀ 25 ਏਕੜ ਜ਼ਮੀਨ ਸੀ, ਉਹਦੇ 'ਚੋਂ 4 ਏਕੜ 'ਚ ਪਾਣੀ ਪੈਂਦਾ ਸੀ, ਅੱਜ ਲੋੜ ਹੈ 25 ਏਕੜ ਨੂੰ ਹੀ, ਕਿਉਂਕਿ ਸਾਰੀ ਉਮਰ ਲਾ ਝੋਨੇ ਹੇਠ ਆ ਗਈ। ਕੀ ਸਰਕਾਰ ਨੇ ਜਿਹੜਾ ਇੱਧਰੋਂ ਸ਼ਹਿਰਾਂ ਵਾਲਾ ਪਾਣੀ ਕੱਟਿਆ ਉਹ ਨਹਿਰਾਂ 'ਚ ਵਧਾਤਾ ਜਾਂ ਕੋਈ ਨਹਿਰਾਂ ਨਵੀਆਂ ਕੱਢੀਆਂ? ਇਹ ਸਾਡੇ ਸਵਾਲ ਨੇ। ਸਰਕਾਰ ਉਹ ਜਿਹੜੀ ਮਤਲਬ ਜਿਹੜੀ ਸਾਡੀ ਮਤਲਬ ਉਦੋਂ ਮਾਰੂ ਜ਼ਮੀਨ ਸੀ ਜਿੱਥੇ ਅੱਜ ਝੋਨੇ ਲੱਗਦੇ ਆ ਸਰਕਾਰ ਦੇ ਕਹੇ ਤੋਂ, ਯੂਨੀਵਰਸਿਟੀ ਦੇ ਕਹੇ ਤੋਂ, ਪਰ ਉੱਥੋਂ ਨਵੀਆਂ ਨਹਿਰਾਂ ਕੱਢ ਕੇ ਪਾਣੀ ਨਹੀਂ ਦਿੱਤਾ। ਇਸ ਕਰਕੇ ਸਾਡੀਆਂ ਇਹ ਸਾਰੀਆਂ ਮੰਗਾਂ ਨੂੰ ਕਲਮਬੰਦ ਕਰਨ ਵਾਸਤੇ ਮੈਂ ਫਿਰ ਕਹਿੰਦਾ ਵੀ ਸਾਡੀ ਉਹ ਜਿਹੜੀ 9 ਮੈਂਬਰੀ ਕਮੇਟੀ ਆ ਬਹੁਤ ਇਹ 'ਚ ਮਤਲਬ ਜਿਵੇਂ ਕਹਾਂ ਖਫਾ ਖੂਨ ਹੋ ਕੇ ਉਹਨੂੰ ਤਿਆਰ ਕਰੂਗੀ। ਅਤੇ ਉਸ ਤੋਂ ਬਾਅਦ ਜਿਹੜਾ ਇੱਧਰ ਦਿੱਤਾ ਹੀ ਆ ਅਸੀਂ ਵੀ 17 ਅਗਸਤ ਨੂੰ ਮਤਲਬ ਮੰਤਰੀਆਂ ਦੇ ਘਰਾਂ ਵੱਲ ਨੂੰ ਅਸੀਂ ਮਹੂਰਤ ਕਰਾਂਗੇ ਸੰਘਰਸ਼ ਦਾ, ਅਤੇ ਉਸ ਤੋਂ ਕੱਲ੍ਹ ਅਸੀਂ ਅਜੇ ਵਿਚਾਰ ਨਾਲ ਹੀ ਆ। ਸਾਨੂੰ ਤਾਂ ਲੱਗਦਾ ਵੀ ਮੈਨੂੰ ਲੱਗਦਾ ਸਾਡੀ ਜਨਤਾ ਇਸ ਗੱਲ 'ਤੇ ਤਿਆਰ ਹੋਈ, ਸਤੰਬਰ 'ਚ ਹੋ ਸਕਦਾ ਚੰਡੀਗੜ੍ਹ ਦੇ ਕੁੰਡੇ ਵੀ ਖੜਕਾਈਏ, ਅਤੇ ਅਸੀਂ ਸੰਘਰਸ਼ ਦੀ ਸ਼ੁਰੂਆਤ ਕੀਤੀ ਹੈ। ਅਤੇ ਜਨਤਾ ਨੂੰ ਸਾਡੀ ਅਪੀਲ ਹੈ ਵੀ ਇਹ ਮੁੱਦਾ ਇਕੱਲੇ ਕਿਸਾਨਾਂ ਦਾ ਨਹੀਂ ਹੈ, ਇਹ ਪੰਜਾਬ ਦੇ ਲੋਕਾਂ ਦਾ ਮੁੱਦਾ ਹੈ। ਇਹ ਪਾਣੀ ਚਾਹੇ ਘਰਾਂ 'ਚ ਪੀਣਾ, ਚਾਹੇ ਜਿਹੜਾ ਬਾਰਿਸ਼ਾਂ ਦਾ ਪਾਣੀ ਉਹਨੂੰ ਰੋਕ ਕੇ ਧਰਤੀ 'ਚ ਪਾਉਣਾ, ਜਾਂ ਪ੍ਰਦੂਸ਼ਣ ਨੂੰ ਰੋਕਣਾ, ਇਹ ਸਾਰਿਆਂ ਦਾ ਸਾਂਝਾ ਮੁੱਦਾ। ਸਾਰੇ ਲੋਕ ਸਾਡਾ ਇਸ ਸੰਯੁਕਤ ਕਿਸਾਨ ਮੋਰਚੇ ਦਾ ਸਾਥ ਦੇਣ ਸੰਘਰਸ਼ ਦੇ ਵਿੱਚ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਭਾਈ ਫਤਿਹ। ਮੈਂ ਜਤਿੰਦਰਪਾਲ ਸਿੰਘ ਜਿੰਦੂ, ਸੀਨੀਅਰ ਮੀਤ ਪ੍ਰਧਾਨ ਚਮਕੌਰ ਸਾਹਿਬ, ਬੀਕੇ ਜੂ ਲਖਵਾਲ। ਅੱਜ ਅਸੀਂ ਇੱਥੇ ਐਸਕੀਆਂ ਦੀ ਮੀਟਿੰਗ 'ਚ ਆਏ ਹਾਂ। ਮੀਟਿੰਗ 'ਚ ਕਈ ਮਸਲੇ ਸਾਡੇ ਇੱਥੇ ਵਿਚਾਰੇ ਗਏ ਆ। ਨੰਬਰ 1 ਪਾਣੀਆਂ ਦਾ, ਕਿਉਂ ਪੰਜਾਬ ਦਾ ਮਸਲਾ ਕਿਸੇ ਨੇ ਅੱਜ ਤੱਕ ਚੱਕਿਆ ਨਹੀਂ ਸੀਗਾ, ਬਸ ਉੱਦਾਂ ਹੀ ਤੁਰੇ ਫਿਰਦੇ ਤੇ, ਪਰ ਜਿਹੜਾ ਅੱਜ ਪੰਜਾਬ ਦਾ ਮਸਲਾ ਚੱਕਿਆ, ਕਿਸਾਨਾਂ ਦੇ ਕਰਜ਼ੇ ਦਾ ਮਸਲਾ ਚੱਕਿਆ, ਹੋਰ ਕਈ ਮਸਲੇ ਅਜੇ ਚੱਕੇ ਆ ਕਿ ਜਿਹੜਾ ਕਿ ਕਿਸਾਨਾਂ ਦੇ ਫਾਇਦੇਮੰਦ ਹੋਵੇ, ਉਹ ਅਸੀਂ ਮਸਲੇ ਅੱਜ ਇੱਥੇ ਚੱਕੇ ਗਏ ਆ। ਪਾਸ ਹੋਇਆ 8ਵੇਂ ਮਹੀਨੇ 'ਚ ਜਾਂ 9ਵੇਂ ਮਹੀਨੇ 'ਚ ਇੱਕ ਚੰਡੀਗੜ੍ਹ ਧਰਨਾ ਲੱਗੂਗਾ, ਉਹ ਵੀ ਧਰਨਾ ਲੱਗੂਗਾ, ਪੂਰੇ ਐਸਕੀਐਮ ਦਾ ਧਰਨਾ ਹੋਊਗਾ ਉਹ, ਅਤੇ ਜਿਹਦੇ ਵਿੱਚ ਹਰ ਇੱਕ ਬੰਦਾ ਆਪਣਾ ਸਹੂਲਤ ਕਰੂਗਾ ਉੱਥੇ।
ਅਤੇ ਇਸ ਕਰਕੇ ਅਸੀਂ ਇਹੀ ਬੇਨਤੀ ਕਰਦੇ ਹਾਂ ਸਾਰਿਆਂ ਨੂੰ, ਸਰਕਾਰ ਨੂੰ ਬੇਨਤੀ ਕਰਦੇ ਹਾਂ ਜੋ ਵੀ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ, ਨਾ ਤੁਸੀਂ ਸਾਨੂੰ ਤੰਗ ਕਰੋ ਨਾ ਅਸੀਂ ਤੁਹਾਨੂੰ ਤੰਗ ਕਰੀਏ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਫਤਿਹ। ਹਾਂਜੀ ਬੋਲੋ। ਨਹੀਂ, ਧਰਨਾ ਲੱਗੂਗਾ ਪੰਜਾਬ ਸਰਕਾਰ ਦੇ ਵਾਸਤੇ, ਕਿਉਂ ਪਾਣੀਆਂ ਦਾ ਮਸਲਾ ਸਾਰਾ ਸਾਡਾ, ਕਿਉਂ ਸਾਡੇ ਪਾਣੀ ਦਾ ਮਸਲਾ ਹੈ ਨਾ ਸਾਡਾ, ਕਿਉਂ ਸਾਡੇ ਪਾਣੀ ਤਾਂ ਅਸੀਂ ਮੁੱਲ ਦੇਣਾ, ਹਰ ਕਿਤੇ ਰਸਤਾ ਵੀ ਜਾਂਦਾ ਸਾਨੂੰ ਪੱਥਰ ਦਿੰਦੇ, ਮੁੱਲ ਦਿੰਦੇ ਆ ਉਹ, ਸਾਨੂੂੰ ਕੋਈ ਵੀ ਟੈਕਸ ਨਹੀਂ ਦਿੰਦਾ, ਉੱਥੇ ਮਾਫ ਹੈਗਾ, ਇੱਥੋਂ ਸਾਡਾ ਪਾਣੀ ਫਰੀ ਜਾਂਦਾ, ਰਸਤਾ ਨੂੰ ਜਾਂਦਾ, ਹਰ ਪਾਸੇ ਸਾਡਾ ਪਾਣੀ ਫਰੀ ਜਾਂਦਾ। ਜੇ ਸਾਨੂੰ ਉਹੀ ਪੈਸੇ ਪਾਣੀ ਦੇ ਪੈਸੇ ਮਿਲਣ ਤਾਂ ਅਸੀਂ ਵਧੀਆ ਕੰਮ ਕਰੀਏ, ਸਾਡੀ ਨੌਕਰੀਆਂ ਸਾਨੂੰ ਲੋਕਾਂ ਨੇ ਇੱਥੇ ਮਿਲਣ, ਅਤੇ ਅਸੀਂ ਕਾਹਨੂੰ ਬਾਹਰ ਭੱਜੀਏ। ਨੰਬਰ ਦੋ, ਸਾਡੇ ਇੱਥੇ ਜਿਹੜੇ ਮੁੰਡੇ ਮਰਦੇ ਆ ਵਿਚਾਰੇ, ਬਾਹਰ ਵੀ ਮਰਦੇ ਇੱਥੇ ਵੀ ਮਰਦੇ ਆ, ਉਹ ਨਸ਼ੇ ਦੇ ਕਾਰਨ ਮਰਦੇ ਆ। ਨਸ਼ਾ ਤਾਂ ਬਹੁਤ ਬਹੁਤ ਜ਼ਿਆਦਾ ਨਸ਼ਾ ਹੋ ਗਿਆ, ਜੇ ਨਸ਼ਾ ਘੱਟ ਕਰੇ ਮਾਨ ਸਾਹਿਬ ਤਾਂ ਵਧੀਆ ਗੱਲ ਹੈ। ਠੀਕ ਹੈ ਨਾ, ਨਸ਼ਾ ਤਾਂ ਬਹੁਤ ਜ਼ਿਆਦਾ ਹੋ ਰਿਹਾ, ਨਸ਼ੇ ਵੱਜੋ ਤਾਂ ਇੰਨਾ ਕੀ ਹਾਲ ਆ ਕਿ ਪੁੱਛੋ ਨਾ ਤੁਸੀਂ ਕੁਛ ਵੀ, ਇੰਨਾ ਨਸ਼ੇ ਦੀ ਬੁਰੀ ਹਾਲਤ ਹੈ। ਵਾਹਿਗੁਰੂ ਖਾਲਸਾ। ਮੈਂ ਅਵਤਾਰ ਸਿੰਘ ਬਿੰਡ, ਸਰਪ੍ਰਸਤ ਪੰਜਾਬ, ਭਾਰਤੀ ਕਿਸਾਨ ਬੋਲ ਰਿਹਾ। ਅੱਜ ਜਿਹੜੀ ਮੀਟਿੰਗ ਹੋਈ ਹੈ ਜੀ, ਕਿਹੜੇ ਕਿਹੜੇ ਮੁੱਦੇ ਦੀ ਗੱਲਬਾਤ ਹੋਵੇਗੀ? ਅੱਜ ਮੇਨ ਚਾਰ ਮੁੱਦੇ ਨੇ, ਇੱਕ ਕਰਜ਼ਾ, ਇੱਕ ਪਾਣੀ ਦਾ, ਇੱਕ ਪੋਲਿਊਸ਼ਨ ਦਾ, ਇੱਕ ਮੁੱਦਾ ਹੋਰ ਆ। ਕਿਤੇ ਬੜੀਆਂ ਖੁੱਲ੍ਹ ਕੇ ਵਿਚਾਰਾਂ ਹੋਈਆਂ ਵੀ ਆਪਾਂ ਮੋਰਚਾ ਲਾਉਣਾ, ਉਹਦੇ ਵਿੱਚ ਮੰਤਰੀਆਂ ਨੂੰ ਮੈਮੋਰੰਡਮ ਦੇਣੇ ਆ, ਹਜੇ ਕੋਈ ਫੈਸਲਾ ਕਲੀਅਰ ਨਹੀਂ ਹੋਇਆ ਵੀ ਕਦੋਂ ਲਾਉਣਾ। ਹੁਣ ਤਿਆਰੀ ਇਹਦੀ ਸ਼ੁਰੂ ਕਰ ਦੇਣੀ ਆ, ਇਹ ਸਤੰਬਰ ਤੋਂ ਲੈ ਕੇ ਨਵੰਬਰ ਤੱਕ ਕਦੇ ਵੀ ਡੇਟ ਫਿਕਸ ਹੋ ਸਕਦੀ ਆ ਅਗਲੇ ਮਹੀਨੇ 'ਚ। ਅੱਜ ਦੇ ਇਹੀ ਚਾਰੇ ਮੁੱਦੇ ਸੀਗੇ, ਪਾਣੀਆਂ ਦੇ ਬੜਾ ਖੁੱਲ੍ਹ ਕੇ ਵਿਚਾਰਾਂ ਹੋਈਆਂ ਵੀ ਸਾਡਾ ਪਾਣੀ ਜਿਹੜਾ ਬਾਹਰ ਆ ਜਾ ਰਿਹਾ ਉਹਨੂੰ ਰੋਕਣਾ, ਅਸੀਂ ਜਿਹੜੀ ਰਸਤਾ ਨਹਿਰ ਜਾਂਦੀ ਆ ਉਹਦਾ ਮੁਆਵਜ਼ਾ ਲੈਣਾ, ਪਾਣੀ ਦਾ ਰਿਪੀਰੀਅਨ ਐਕਟ ਮੁਤਾਬਕ ਅਸੀਂ ਆਪਦਾ ਜਿਹੜਾ ਹਿੱਸਾ ਲੈਣਾ ਉਹ ਲੈਣਾ, ਕਰਜ਼ੇ ਮੁਆਫੀ ਦੀ ਗੱਲ ਆ। ਇਹ ਜਿਹੜਾ ਮੋਰਚਾ ਲੱਗਣਾ ਜਾਂ ਰੈਲੀ ਕਰਨੀ ਹੈ, ਕਿੰਨੇ ਦਿਨਾਂ ਦੀ ਕਰਨੀ ਆ, ਇਹ ਅਸੀਂ ਤੈਅ ਕਰਾਂਗੇ। ਇਹ ਸਾਰਾ ਮੋਰਚਾ ਪਤਾ ਲੱਗੂ ਵੀ ਅਗਲੀ ਮੀਟਿੰਗ ਜੀ ਆਪਾਂ ਕਰਦੇ ਹਾਂ। ਨਹੀਂ, ਇਹ ਮੋਰਚਾ ਚੰਡੀਗੜ੍ਹ ਲੱਗੂਗਾ, ਚੰਡੀਗੜ੍ਹ ਪੈਮੋ ਸ਼ਾਇਦ ਪਹਿਲਾਂ ਉਹਨਾਂ ਨਾਲ ਮੀਟਿੰਗ ਹੋ ਜਾਵੇ, ਪਰ ਮੋਰਚਾ ਚੰਡੀਗੜ੍ਹ ਲੱਗਣਾ। ਕਿੰਨੀ ਤਰੀਕ ਨੂੰ ਲਾਉਣ ਜਾ ਰਹੇ? ਨਹੀਂ, ਹਾਲੇ ਡੇਟ ਨਹੀਂ ਫਿਕਸ ਹੋਈ। ਹਾਂ, ਉਹਦੇ ਬਾਅਦ ਫੈਸਲਾ ਹੋਊਗਾ। ਆਹੀ 40 ਜਥੇਬੰਦੀਆਂ ਹੋਰਾਂ ਨਾਲ ਵੀ ਗੱਲ ਕਰਾਂਗੇ। ਇੱਕ ਸਾਡਾ ਮੁੱਦਾ ਇਹ ਸੀਗਾ ਵੀ ਪਾਣੀ ਹੈ ਜਿਹੜਾ ਸਾਰੇ ਇਕੱਲੇ ਇਕੱਲੇ ਖੇਤ ਵਿੱਚ ਪਹੁੰਚਣਾ ਚਾਹੀਦਾ, ਇਹ ਜ਼ਰੂਰੀ ਹੈਗਾ ਵੀ ਜਿਹੜਾ ਨਹਿਰਾ ਪਾਣੀ ਆ ਉਹ ਸਾਰੇ ਸਾਰੇ ਖੇਤ ਨੂੰ ਪਹੁੰਚਣਾ ਚਾਹੀਦਾ, ਇਹ ਸਾਡਾ ਮੁੱਦਾ ਸੀਗਾ ਅੱਜ। ਅਤੇ ਜਿਹੜਾ ਹੁਣ ਇਹਨਾਂ ਨੇ ਪਟਵਾਰੀਆਂ ਨੂੰ ਤੰਗ ਕਰਿਆ ਵੀ ਸਾਡੇ ਕੋਲ ਪਾਣੀ ਵਾਧੂ ਆ, ਉਹ ਬਾਹਰਲੇ ਸੂਬਿਆਂ ਨੂੰ ਦੇਣ ਦੀ ਖਾਤਰ ਕਰ ਰਿਹਾ, ਪਰ ਇਹ ਅਸੀਂ ਹੁਣ ਨਹੀਂ ਦੇਵਾਂਗੇ ਕਿਉਂਕਿ ਇਹ ਜਿਹੜਾ ਮੁੱਦਾ ਇਹ ਬਹੁਤ ਅਹਿਮ ਮੁੱਦਾ, ਅਤੇ ਅਸੀਂ ਪਟਵਾਰੀਆਂ ਨਾਲ ਖੜ੍ਹੇ ਹਾਂ, ਉਹਨਾਂ ਨੇ ਲਿਖ ਕੇ ਦਿੱਤਾ ਵੀ ਅਸੀਂ ਇਹ ਨਹੀਂ ਕਰਨਾ ਵੀ ਪਾਣੀ ਪੂਰਾ ਜਾਂਦਾ, ਪਾਣੀ ਸਿਰੇ ਨਹੀਂ ਜਾਂਦਾ, ਮੋਗੇ ਉੱਚੇ ਕਰਤੇ, ਅਤੇ ਇਸ ਕਰਕੇ ਅਸੀਂ ਇਹਨਾਂ ਪਟਵਾਰੀਆਂ ਦਾ ਵੀ ਸਾਥ ਦਿੰਦੇ ਹਾਂ। ਸਰਵਾਰ ਕਰਨਾ ਸਰਕਾਰ ਤਾਂ ਪਹਿਲਾਂ ਹੀ ਨਹੀਂ ਗੱਲ ਕਰਦੀ, ਇਲੈਕਸ਼ਨ ਬੁਝੀ ਹੋਈ ਆ, ਉਹ ਇਲੈਕਸ਼ਨ ਤੋਂ ਬਾਅਦ ਹੁਣ ਦੇਖੋ ਕੀ ਬਣਦਾ ਉਹਨਾਂ ਦਾ, ਨਾ ਸਰਕਾਰ ਸਾਧੀ ਆ, ਅਸੀਂ ਉਹਨਾਂ ਨੂੰ ਕਹਿੰਦੇ ਕੁਝ ਨਹੀਂ, ਮੋਰਚਾ ਲਾਵਾਂਗੇ ਪੱਕਾ। ਉਹ ਤਾਂ ਸਰ 10 ਸਾਲ ਦਾ ਕਹੀ ਜਾਂਦਾ ਦੁੱਗਣੀ ਕਰਦਾ, ਅਸੀਂ ਤਾਂ ਕਹਿੰਦੇ ਹਾਂ ਸਾਨੂੰ ਜਿਹੜਾ ਡਾਕਟਰ ਸਵਾਮੀਨਾਥ ਦੀ ਰਿਪੋਰਟ C+2 ਨਾਲ ਪਾ ਦੇ ਦਿਓ, ਸਾਡੀ ਤਾਂ ਮੰਗ ਇਹੀ ਆ।
ਦੁੱਗਣੀ ਤਾਂ ਉਹ ਕਰੀ ਜਾਂਦਾ, ਜਿਸ ਹਿਸਾਬ ਨਾਲ ਅਸੀਂ ਇਸ ਸੀ ਪਲੱਸ ਟੂ ਨਾਲ ਅਸੀਂ ਰੇਟ ਮੰਗਦੇ ਹਾਂ ਉਹ ਸਾਨੂੰ ਦੇ ਦਿੱਤਾ ਜਾਵੇ।